ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਰਮਜੀਤ ਸਿੰਘ ਭੱਟੀ, ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ, ਤਹਿਸੀਲ ਲਹਿਰਾ ਗਾਗਾ। ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ, ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ ਕਈ ਸਾਲਾਂ ਤੋਂ ਜੂਝ ਰਹੇ ਆ, ਠੀਕ ਹੀ ਨਹੀਂ ਹੋ ਰਹੇ, ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਆ, ਕੋਈ ਦਵਾਈ ਲੱਗਦੀ ਹੋਈ ਨਹੀਂ, ਤੁਸੀਂ ਬਹੁਤ ਪਰੇਸ਼ਾਨ ਹੋ। ਤਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ। ਤੁਸੀਂ ਆਪਣੀ ਨਬਜ਼ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ। ਪਿੰਡ ਡਸਕੇ ਦੇ ਵਿੱਚ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਿਲਦੇ ਹਾਂ। ਜਿਹੜਾ ਇਹ ਡਸਕਾ ਪਿੰਡ ਹੈ, ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ, ਤਹਿਸੀਲ ਹੈ ਜਿਹੜੀ ਉਹ ਲਹਿਰਾ ਗਾਗਾ, ਨੇੜੇ ਸ਼ਹਿਰ ਬੁਢਲਾਡਾ ਵੀ ਹੈ, ਨੇੜੇ ਸ਼ਹਿਰ ਬਰੇਟਾ ਵੀ ਹੈ, ਨੇੜੇ ਸ਼ਹਿਰ ਸੁਨਾਮ ਵੀ ਹੈ, ਅਤੇ ਨੇੜੇ ਸ਼ਹਿਰ ਲਹਿਰਾ ਗਾਗਾ ਵੀ ਹੈ। ਹਰ ਐਤਵਾਰ ਨੂੰ ਆਪਾਂ ਮਿਲਦੇ ਹਾਂ, ਤੁਸੀਂ ਮੈਨੂੰ ਮਿਲ ਕੇ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ। ਅੱਜ ਜਿਸ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਇਆ, ਮਹਾਂਪੁਰਸ਼ਾਂ ਦਾ ਦੱਸਿਆ ਹੋਇਆ ਨੁਕਤਾ ਤੁਹਾਡੀ ਝੋਲੀ ਦੇ ਵਿੱਚ ਪਾਉਣ ਵਾਸਤੇ ਆਇਆ, ਉਹ ਹੈ ਮਿਰਗੀ। ਇੱਕ ਐਸੀ ਬਿਮਾਰੀ ਹੈ, ਵਾਤ ਪਿੱਤ ਕਫ ਤਿੰਨਾਂ ਨਾਲ ਹੀ ਹੋ ਜਾਂਦੀ ਹੈ। ਤਿੰਨਾਂ ਦੇ ਵਿੱਚ ਇਹਦੇ ਅਲੱਗ ਅਲੱਗ ਲੱਛਣ ਨੇ, ਪਰ ਇਹਦਾ ਇਲਾਜ ਹੈ ਜਿਹੜਾ ਉਹ ਇੱਕ ਨੁਕਤੇ ਦੇ ਨਾਲ ਹੀ ਅਸੀਂ ਕਰ ਦਿੰਦੇ ਹਾਂ। ਮਿਰਗੀ ਦਾ ਦੌਰਾ ਜਿੱਡਾ ਮਰਜ਼ੀ ਕਿਸੇ ਨੂੰ ਪੈਂਦਾ ਹੋਵੇ, ਜਿੰਨਾ ਮਰਜ਼ੀ ਪੁਰਾਣਾ ਮਿਰਗੀ ਦਾ ਰੋਗ ਹੋਵੇ, ਚਾਹੇ 20 ਸਾਲ ਚਾਹੇ 50 ਸਾਲ ਪੁਰਾਣਾ, ਇੱਕ 3 ਮਹੀਨਿਆਂ ਦਾ ਕੋਰਸ ਹੈ ਆਪਣੀ ਦਵਾਈ ਦਾ। 3 ਮਹੀਨਿਆਂ ਦੇ ਵਿੱਚ ਬਿਲਕੁਲ ਗਰੰਟੀ ਦੇ ਨਾਲ ਕਿਸੇ ਨੂੰ ਮਿਰਗੀ ਦੇ ਦੌਰੇ ਪੈਂਦੇ ਆ, ਮਿਰਗੀ ਦੀ ਸ਼ਿਕਾਇਤ ਹੈ, 3 ਮਹੀਨਿਆਂ ਦੇ ਵਿੱਚ ਗਰੰਟੀ ਦੇ ਨਾਲ ਠੀਕ ਕਰ ਦਿੰਦੇ ਹਾਂ। ਮੁੜ ਕੇ ਜ਼ਿੰਦਗੀ 'ਚ ਕਦੇ ਮਿਰਗੀ ਦਾ ਦੌਰਾ ਨਹੀਂ ਪੈਂਦਾ, ਅਤੇ ਨਾਲ ਹੀ 1 ਮਹੀਨੇ ਦੇ ਵਿੱਚ ਜਦੋਂ ਦਵਾਈ ਖਾਣੀ ਸ਼ੁਰੂ ਕਰ ਦਿੱਤੀ, ਉਦੋਂ ਬਾਅਦ ਕਦੇ ਦੌਰਾ ਨਹੀਂ ਪੈਂਦਾ। ਮਿਰਗੀ ਦੇ ਦੌਰੇ ਵਾਸਤੇ ਜਿਹੜੀ ਅਸੀਂ ਦਵਾਈ ਦਿੰਦੇ ਹਾਂ, ਉਹ ਨੁਕਤਾ ਨੋਟ ਕਰ ਲਓ, ਤੁਸੀਂ ਘਰੇ ਵੀ ਆਪਣੀ ਦਵਾਈ ਬਣਾ ਸਕਦੇ ਹੋ। ਇਹਦੇ ਵਿੱਚ ਜਿਹੜੀਆਂ ਚੀਜ਼ਾਂ ਲੈਣੀਆਂ ਹੁੰਦੀਆਂ ਨੇ ਉਹ ਹੈ ਤਿਲ, ਸਾਰੀਆਂ ਚੀਜ਼ਾਂ 100-100 ਗ੍ਰਾਮ ਜਾਂ 50-50 ਗ੍ਰਾਮ, ਇੱਕ ਮਾਤਰਾ ਲੈ ਲਓ 50-50 ਗ੍ਰਾਮ, ਤਿਲ, ਸੁੰਡ, ਅਤੇ ਇਸੇ ਤਰ੍ਹਾਂ ਹੀ ਸ਼ਤਾਵਰ, ਅਸ਼ਵਗੰਧਾ, ਅਕਰਕਰਾ, ਜੁੰਦ ਅਤੇ ਗਲੋਏ ਸੱਤ, ਦਾਲ ਚੀਨੀ ਅਤੇ ਕਾਲੀ ਮਿਰਚ, ਅਰਜਨ ਦੀ ਛਾਲ, ਕਾਕੜਾ ਸਿੰਗੀ, ਨਾਗ ਕੇਸਰ, ਨਾਗ ਦੌਣ, ਰਾਈ ਅਤੇ ਸਹਾਜਣੇ ਦੇ ਬੀਜ, ਇਸੇ ਤਰ੍ਹਾਂ ਹੀ ਅਬਰਕ ਭਸਮ, ਇਸੇ ਤਰ੍ਹਾਂ ਹੀ ਸ਼ੁੱਧ ਕੀਤੀ ਹੋਈ ਗੰਧਕ, ਰਸੌਂਦ, ਮਗਾਂ, ਹਿੰਗ, ਬ੍ਰਾਹਮਣੀ ਬੂਟੀ, ਅਤੇ ਇਸੇ ਤਰ੍ਹਾਂ ਸੰਖ ਪੁਸ਼ਪੀ, ਅਤੇ ਇਸੇ ਤਰ੍ਹਾਂ ਮੁਲੱਠੀ, ਅੱਗੇ ਨੇਤਰ ਬਾਲਾ, ਅਤੇ ਜੀਰਾ ਚਿੱਟਾ ਜਿਹੜਾ ਆਪਾਂ ਘਰ ਵਰਤਦੇ ਹਾਂ ਆਮ, ਪਿਪਲਾ ਮੂਲ, ਚੱਬ, ਇਸੇ ਤਰ੍ਹਾਂ ਚਿਤਰਕ ਅਤੇ ਵਾਹ ਵੜਿੰਗ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਚੰਗੀ ਤਰ੍ਹਾਂ ਬਰੀਕ ਪੀਸ ਲੈਣਾ। 1 ਚਮਚ ਦਵਾਈ ਸਵੇਰੇ ਖਾਲੀ ਪੇਟ ਗਰਮ ਪਾਣੀ ਨਾਲ ਲੈਣੀ ਹੈ, 1 ਚਮਚ ਦਵਾਈ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ, 2 ਟਾਈਮ ਇਹ ਦਵਾਈ ਲੈਣੀ ਹੈ। ਮਿਰਗੀ ਦੇ ਮਰੀਜ਼ ਨੇ, ਜਿੱਡਾ ਮਰਜ਼ੀ ਮਿਰਗੀ ਦਾ ਦੌਰਾ ਪੈਂਦਾ ਹੈ, ਜਿੰਨਾ ਮਰਜ਼ੀ ਪੁਰਾਣਾ, ਚਾਹੇ 20 ਸਾਲ ਚਾਹੇ 30 ਸਾਲ ਪੁਰਾਣਾ, 3 ਮਹੀਨੇ ਮਿਰਗੀ ਦੇ ਮਰੀਜ਼ ਨੂੰ ਇਹ ਦਵਾਈ ਖਵਾ ਦਿਓ। ਮੈਂ ਗਰੰਟੀ ਸਟਾਮ ਪੇਪਰ 'ਤੇ ਲਿਖ ਕੇ ਦੇ ਦਿੰਦਾ, ਉਦੋਂ ਬਾਅਦ ਜ਼ਿੰਦਗੀ 'ਚ ਕਦੇ ਮਿਰਗੀ ਦਾ ਦੌਰਾ ਨਹੀਂ ਪੈਂਦਾ ਉਹਨੂੰ। ਬਾਕੀ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ, ਤੁਸੀਂ ਮੈਨੂੰ ਮਿਲ ਕੇ ਨਬਜ਼ ਦਿਖਾ ਕੇ ਜੜ੍ਹ ਤੋਂ ਆਪਣੀਆਂ ਬਿਮਾਰੀਆਂ ਦੇ ਰੋਗਾਂ ਦਾ ਇਲਾਜ ਕਰਵਾ ਸਕਦੇ ਹੋ। ਪਿੰਡ ਡਸਕਾ, ਜ਼ਿਲ੍ਹਾ ਸੰਗਰੂਰ, ਤਹਿਸੀਲ ਲਹਿਰਾ ਗਾਗਾ, ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਪਿੰਡ ਡਸਕੇ ਦੇ ਵਿੱਚ ਬਾਹਰ ਬਾਹਰ ਹੀ ਆਪਣਾ ਸਥਾਨ ਹੈ, ਗੁਰੂ ਰਾਮਦਾਸ ਸਰ ਗੁਰਦੁਆਰਾ ਸਾਹਿਬ, ਉਹਦੇ ਨਾਲ ਹੀ ਆਪਣਾ ਦਵਾਖਾਨਾ। ਸੋ ਹਰ ਐਤਵਾਰ ਨੂੰ ਆਪਾਂ ਮਿਲਦੇ ਹਾਂ, ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ। ਬਾਕੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਕੋਲ ਪਹਿਲ ਦੇ ਆਧਾਰ 'ਤੇ ਪਹੁੰਚਾ ਸਕੀਏ, ਇਸ ਮਨੁੱਖਤਾ ਦਾ ਵੱਧ ਤੋਂ ਵੱਧ ਭਲਾ ਕਰ ਸਕੀਏ। ਸਾਡੀ ਦੱਸੀ ਹੋਈ ਵਿਧੀ ਨਾਲ ਦਵਾਈ ਬਣਾ ਕੇ ਅਗਰ ਕਿਸੇ ਦਾ ਭਲਾ ਹੁੰਦਾ, ਤੁਹਾਡਾ ਵੀਡੀਓ ਅੱਗੇ ਸ਼ੇਅਰ ਕਰਨ ਨਾਲ ਕਿਸੇ ਦਾ ਭਲਾ ਹੁੰਦਾ, ਤਾਂ ਬਹੁਤ ਵੱਡਾ ਪੁੰਨ ਹੈ।
ਸਾਨੂੰ ਸਭ ਨੂੰ ਇਹ ਸੇਵਾ ਦੇ ਵਿੱਚ ਆਪਣਾ ਸਹਿਯੋਗ ਨਿਭਾਉਣਾ ਚਾਹੀਦਾ। ਬਾਕੀ ਵੱਧ ਤੋਂ ਵੱਧ ਜਿਹੜੇ ਦੱਸ ਸਕਦੇ ਨੇ ਉਹ ਦੱਸਿਆ ਕਰੋ, ਅਤੇ ਜਿਹੜੇ ਬਣਾ ਕੇ ਦਵਾਈ ਦੇ ਸਕਦੇ ਕਿਸੇ ਨੂੰ ਬਣਾ ਕੇ ਦਿਆ ਕਰੋ। ਬਾਕੀ ਜਿਹੜੇ ਇੱਥੇ ਹਰ ਐਤਵਾਰ ਨੂੰ ਆਪਾਂ ਦਵਾਈ ਦਿੰਦੇ ਹਾਂ ਇੱਥੇ ਭੇਜ ਸਕਦੇ ਹੋ ਤਾਂ ਇੱਥੇ ਭੇਜ ਦਿਆ ਕਰੋ। ਹਰ ਐਤਵਾਰ ਨੂੰ ਪਿੰਡ ਡਸਕੇ 'ਚ ਆਪਾਂ ਦਵਾਈ ਦਿੰਦੇ ਹਾਂ। ਤੁਹਾਡਾ ਸਭ ਦਾ ਧੰਨਵਾਦ ਜਿੰਨੇ ਵੀ ਸਾਡੇ ਨਾਲ ਜੁੜੇ ਹੋਏ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।